हेलो हेलो। परम सत्कारयोग पंडाल दे विच विराजमान दूरों नेड़ों आईयां संगतां, नौजवान दोस्तों, बजुर्गो, मेरे हाणी वीर, छोटे छोटे बच्चों, मेरिया मातावां, मेरिया भैणां, सो बाबा मल्ले शाह मेला कमेटी का तहे दिलों धन्नवाद करदे हैं ਜਿਨ੍ਹਾਂ ਨੇ ਸਾਨੂੰ ਨਿਮਾਣੇ ਜਿਹੇ ਕਲਾਕਾਰਾਂ ਨੂੰ ਬੁਲਾ ਕੇ ਤੁਹਾਡੇ ਰੱਬਰੂਹਾਂ ਦੇ ਦਰਸ਼ਨ ਕਰਵਾਏ ਨੇ। ਔਰ ਇਹਦੇ ਨਾਲ ਹੀ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਜਗਦੇਵ ਟਹਿਣਾ ਜੀ, ਜੋ ਕਿ ਕੈਮਰੇ ਦੇ ਵਿੱਚ ਸਾਰਾ ਪ੍ਰੋਗਰਾਮ ਕੈਦ ਕਰ ਰਹੇ ਨੇ, ਲਾਈਵ ਚੱਲ ਰਿਹਾ। ਸਾਡੇ ਉਗਰ ਸੈਨ ਜੀ, ਉਹ ਵੀ ਕੈਮਰੇ 'ਤੇ ਬੈਠੇ, ਔਰ ਕਲਾਕਾਰ ਵੀ ਬਹੁਤ ਅੱਛੇ ਨੇ, ਸੋ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ। ਮੈਜੀਸ਼ੀਅਨ ਵੀਰਾਂ ਦਾ ਖਾਸ ਕਰਕੇ ਧੰਨਵਾਦ ਕਰਦਾ, ਇਹਨਾਂ ਦੇ ਨਾਂ 'ਤੇ ਇੱਕ ਤਾੜੀ ਮਾਰ ਦਿਓ, ਕਿਉਂਕਿ ਕਲਾਕਾਰ ਕਾਫੀ ਨੇ, ਸਾਰੇ ਗਾ ਕੇ ਚਲੇ ਜਾਂਦੇ ਆ ਵਿਚਾਰੇ, ਸਾਰਿਆਂ ਨਾਲ ਮਿਹਨਤ ਕਰਦੇ, ਹੱਥ ਬਣਾਉਂਦੇ ਆ, ਸਭ ਤੋਂ ਵੱਧ ਮਿਹਨਤ ਇਹਨਾਂ ਦੀ ਹੈ। ਬਹੁਤ ਅੱਛੀ ਸਾਊਂਡ, ਸੋ ਮੇਰੇ ਤੋਂ ਪਹਿਲਾਂ ਕਾਫੀ ਕਲਾਕਾਰਾਂ ਨੇ ਆਪਣੀ ਆਪਣੀ ਹਾਜ਼ਰੀ ਲਗਵਾਈ ਹੈ, ਔਰ ਸਾਨੂੰ ਵੀ ਹੁਕਮ ਹੋਇਆ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣ ਦਾ। ਸੋ ਸਭ ਤੋਂ ਪਹਿਲਾਂ ਇੱਕ ਬਾਬਾ ਜੀ ਦੇ ਨਾਲ ਤੋਂ ਤਾੜੀ ਮਾਰ ਦਿਓ, ਆਪਾਂ ਸ਼ੁਰੂਆਤ ਕਰੀਏ ਅਗਲੀ, ਮਿਹਰਬਾਨੀ, ਸ਼ੁਕਰੀਆ। ਇੱਕ ਬੜਾ ਹੀ ਪਿਆਰਾ ਗੀਤ ਤੁਹਾਡੀ ਸੇਵਾ ਪੇਸ਼ ਕਰਨ ਲੱਗੇ ਹੈ। ਤੁਸੀਂ ਆਮ ਹੀ ਅਕਸਰ ਹੀ ਆਪਣੇ ਟੀਵੀ ਚੈਨਲਾਂ 'ਤੇ ਸਾਡੇ ਗੀਤ ਸੁਣੇ ਨੇ ਔਰ ਦੇਖੇ ਨੇ। ਖਾਈ ਬੇਬੇ ਦੀਆਂ ਪੱਕੀਆਂ ਤੰਦੂਰੀ ਰੋਟੀਆਂ ਲਾਉਣੇ ਆਉਂਦੇ ਆ ਪਰੌਂਠੇ ਤੰਦੇ ਖੁੰਜੇ ਜੱਟ ਨੂੰ, ਮੈਂ ਮਾਸੀ ਦੇ ਪਿੰਡ ਦੀ ਕਿਹੜਾ ਵੋਟ ਬਣਾ ਲਈ ਬੇਡੋਰੀਆ ਵਗੈਰਾ ਵਗੈਰਾ ਗੀਤ, ਜਿਵੇਂ ਜਿਵੇਂ ਤੁਹਾਡੀਆਂ ਫਰਮਾਇਸ਼ਾਂ ਹੋਣਗੀਆਂ, ਕੁਝ ਨਵੇਂ ਗੀਤ, ਕੁਝ ਪੁਰਾਣੇ ਗੀਤ, ਤੁਹਾਡੀ ਸੇਵਾ ਕਰਾਂਗੇ ਜਿਵੇਂ ਹੁਕਮ ਹੋਊਗਾ ਕਮੇਟੀ ਦਾ। ਚਲੋ ਇੱਕ ਦੁਗਾਣਾ ਤੁਹਾਡੀ ਸੇਵਾ 'ਚ ਪੇਸ਼ ਕਰਨ ਲੱਗੇ ਹੈ। ਗੀਤ ਕੁਝ ਇਸ ਤਰ੍ਹਾਂ ਦਾ, ਇੱਕ ਪਰਿਵਾਰ ਦੇ ਵਿੱਚ 6 ਭਾਈ ਹੁੰਦੇ ਆ, ਇੱਕ ਦਾ ਵਿਆਹ ਹੋ ਜਾਂਦਾ ਤੇ 5 ਛੜੇ ਰਹਿ ਜਾਂਦੇ ਆ। ਜਿਹਦਾ ਵਿਆਹ ਹੋ ਜਾਂਦਾ ਉਹਦੇ ਟਾਈਮ ਪਾ ਕੇ ਘਰੇ ਸੰਤਾਨ ਪੈਦਾ ਹੁੰਦੀ ਹੈ, ਬੱਚਾ ਜਵਾਨ ਹੋ ਜਾਂਦਾ ਉਹਦੀ ਸ਼ਾਦੀ ਕਰ ਦਿੰਦੇ, ਘਰੇ ਨੂੰਹ ਰਾਣੀ ਆ ਜਾਂਦੀ ਹੈ। ਜਦੋਂ ਘਰ ਵਿੱਚ ਨੂੰਹ ਰਾਣੀ ਆ ਜਾਂਦੀ ਹੈ ਤਾਂ ਉਹਨੂੰ ਆਈ ਨੂੰ ਹਲੇ 4-5 ਦਿਨ ਹੋਏ ਹੁੰਦੇ ਆ, ਸ਼ਾਮ ਦਾ ਟਾਈਮ ਦਾ ਆਪਣੇ ਪਤੀ ਦੇਵ ਨਾਲ ਕੁਝ ਗੱਲਾਂ ਕਰਦੀ, ਕਹਿੰਦੀ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ। ਘਰ ਵਾਲਾ ਨੂੰ ਜਵਾਬ ਨਹੀਂ ਲੱਗਣਾ, ਭਰੀਏ ਲੋਕੇ ਕੀ ਕਹਿੰਦੀ, ਉਹ ਜਿਹੜੇ ਉਹ ਸਾਹਮਣੇ ਫਿਰਦੇ ਉਹ ਤਾਂ ਆਪਣੇ ਬਾਪੂ ਜੀ, ਜਿਹੜੇ ਆ 4-5 ਤੁਰੇ ਫਿਰਦੇ ਬਾਬੇ, ਇਹਨਾਂ ਬਾਰੇ ਮੈਨੂੰ ਚਾਨਣਾ ਪਾਓ, ਮੈਨੂੰ ਇਹਨਾਂ ਦੀ ਸਮਝ ਨਹੀਂ ਆਈ ਕੀ ਲੱਗਦੇ ਮੇਰੇ। ਹਾਂ ਉਹਨਾਂ ਬਾਰੇ ਉਹ ਦੱਸਦਾ ਘਰ ਵਾਲਾ ਨੂੰ ਤੇ ਘਰ ਵਾਲੀ ਨੂੰ ਪੁੱਛਦੀ ਹੈ। ਬੜਾ ਹੀ ਪਿਆਰਾ ਗੀਤ ਹੈ, ਪਰਿਵਾਰਕ ਗੀਤ, ਤੁਹਾਡੀ ਸੇਵਾ ਪੇਸ਼ ਕਰਨ ਲੱਗੇ ਹੈ ਸਾਡੇ ਸਤਿਕਾਰਯੋਗ ਬਾਈ ਭੋਲਾ ਮਿੱਠੀ ਫੁੱਲੋ ਵੀ ਪਹੁੰਚੇ ਹੋਏ ਨੇ, ਸਾਡੇ ਬਹੁਤ ਸਤਿਕਾਰਯੋਗ ਵੀਰ ਨੇ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਹਾਂਜੀ, ਖਾਸ ਕਰਕੇ ਸਾਡੀ ਚਾਚੀ ਲੁਤਰੋ ਜੀ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਕਿਉਂਕਿ ਬਹੁਤ ਸੇਵਾ ਨੂੰ ਆਉਂਦੇ ਨੇ ਕਲਾਕਾਰਾਂ ਨੂੰ ਪੇਸ਼ ਕਰਦੇ ਸਾਰਿਆਂ ਨੂੰ, ਔਰ ਆਪਣਾ ਤੁਹਾਡੇ ਨਾਲ ਤੁਹਾਡਾ ਮਨੋਰੰਜਨ ਕਰਦੇ ਆ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਲਓ ਪੇਸ਼ ਕਰਨ ਲੱਗੇ ਹਾਂ ਬਾਬਿਆਂ ਦਾ ਭਰਿਆ ਵਿਹੜਾ ਵੇ। ਆਏ
ਉਹ ਕਹਿੰਦੇ ਕਾਫੀ ਸਾਲ ਕੁੜੇ ਦਲੀਏ ਤੋਂ ਬਣ ਗਈ, ਉਹ ਕਹਿੰਦੇ ਕਾਫੀ ਸਾਲ ਕੁੜੇ ਦਲੀਏ ਤੋਂ ਬਣ ਗਈ ਦਾਲ ਕੁੜੇ, ਕੀ ਲੈਣਾ ਛੱਡ ਖਿਆਲ ਕੁੜੇ ਤੂੰ ਰਾਮ ਦੀ ਲੀਲਾ ਵੇਖੀ ਜਾ। ਸਾਰੇ ਹੀ ਬਾਪੂ ਲੱਗਦੇ ਨੇ ਨਿਉ ਨਿਉ ਕੇ ਮੱਥਾ ਟੇਕੀ ਜਾ, ਸਾਰੇ ਬਾਪੂ ਲੱਗਦੇ ਨੇ ਨਿਉ ਨਿਉ ਕੇ ਮੱਥਾ ਟੇਕੀ ਜਾ। ਉਹ ਕਹਿੰਦੇ ਕਾਫੀ ਸਾਲ ਕੁੜੇ ਦਲੀਏ ਤੋਂ ਬਣ ਗਈ, ਉਹ ਕਹਿੰਦੇ ਕਾਫੀ ਸਾਲ ਕੁੜੇ ਤੋਂ ਬਣ ਗਈ ਦਾਲ ਕੁੜੇ, ਕੀ ਲੈਣਾ ਛੱਡ ਖਿਆਲ ਕੁੜੇ ਤੂੰ ਰਾਮ ਦੀ ਲੀਲਾ ਵੇਖੀ ਜਾ। ਸਾਰੇ ਹੀ ਬਾਪੂ ਲੱਗਦੇ ਨੇ ਨਿਉ ਨਿਉ ਕੇ ਮੱਥਾ ਟੇਕੀ ਜਾ, ਸਾਰੇ ਬਾਪੂ ਲੱਗਦੇ ਨੇ ਨਿਉ ਨਿਉ ਕੇ ਮੱਥਾ ਟੇਕੀ ਜਾ। ਡਾਂਗਾ ਮਾਰ ਰਹੀ ਤੂੰ ਇੱਕ ਨੂੰ ਬਿਲਕੁਲ ਵਾਂਝੀ ਨੀ, ਤਦ ਬਾਹੀ ਜੋਤੀ ਕੱਢੀ ਆ ਬੇਬੇ ਵੀ ਸਭ ਦੀ ਸਾਂਝੀ ਨੀ, ਬਾਹੀ ਜੋਤੀ ਕੱਢੀ ਆ ਬੇਬੇ ਵੀ ਸਭ ਦੀ ਸਾਂਝੀ ਨੀ। ਜਾਣ ਬੁੱਝ ਕੇ ਐਵੇਂ ਨਾ, ਜਾਣ ਬੁੱਝ ਕੇ ਐਵੇਂ ਨਾ, ਜਾਣ ਬੁੱਝ ਕੇ ਐਵੇਂ ਨਾ, ਨੈਲੇ ਤੇ ਨੈਲਾ ਠੋਕੀ ਜਾ। ਸਾਰੇ ਹੀ ਬਾਪੂ ਲੱਗਦੇ ਨੇ ਨਿਉ ਨਿਉ ਕੇ ਮੱਥਾ ਟੇਕੀ ਜਾ, ਸਾਰੇ ਬਾਪੂ ਲੱਗਦੇ ਨੇ ਨਿਉ ਨਿਉ ਕੇ ਮੱਥਾ ਟੇਕੀ ਜਾ। ਮਹਾਰਾਜ ਦਿਆ ਮੁੰਡਿਆਂ ਦੀ ਆਦਤ ਖੋਟੀ ਵੇ, ਬੀਮੀ ਦੀ ਖਾਤਰ
ਤੁਵੇਂ ਜੀ ਵਹਿਲ ਰਹਿੰਦੇ ਆ ਆਪਾਂ ਨੂੰ ਲੱਗੀਆਂ ਮੌਜਾਂ ਨੇ ਡੰਗਰ ਬੱਚਾ ਸਾਂਭਣ ਲਈ ਸਭ ਦਿਨ ਤਨਖਾਹੋਂ ਪਹੁੰਚਾ ਨੇ ਡੰਗਰ ਬੱਚਾ ਸਾਂਭਣ ਲਈ ਸਭ ਦਿਨ ਤਨਖਾਹੋਂ ਪਹੁੰਚਾ ਨੇ ਖੰਡਾਂ ਦੀਆਂ ਚਾਹਾਂ ਪਿਆ ਪਿਆ ਕੇ ਖੰਡਾਂ ਦੀਆਂ ਚਾਹਾਂ ਖੰਡਾਂ ਦੀਆਂ ਚਾਹਾਂ ਪਿਆ ਪਿਆ ਕੇ ਬਾਦੂ ਦੀ ਖੰਡੀ ਲਿਖੀ ਜਾ ਸਾਰੇ ਹੀ ਬਾਪੂ ਲੱਗਦੇ ਨੇ ਨਿਉ ਨਿਉ ਕੇ ਮੱਥਾ ਟੇਕੀ ਜਾ ਸਾਰੇ ਬਾਪੂ ਲੱਗਦੇ ਨੇ ਨਿਉ ਨਿਉ ਕੇ ਮੱਥਾ ਟੇਕੀ ਜਾ ਸਾਰੇ ਹੀ ਬਾਪੂ ਲੱਗਦੇ ਨੇ ਨਿਉ ਨਿਉ ਕੇ ਮੱਥਾ ਟੇਕੀ ਤਾੜੀਆਂ ਬਾਰੇ ਵੈਸੇ ਕੀ ਖਿਆਲ ਹੈ? ਤਾੜੀ ਜ਼ਰੂਰ ਮਾਰ ਦਿਆ ਕਰੋ ਕਿਉਂਕਿ ਕਲਾਕਾਰ ਦੀ ਹੌਸਲਾ ਅਫਜ਼ਾਈ ਹੁੰਦੀ ਹੈ। ਤਾੜੀ ਕਲਾਕਾਰ ਨੂੰ ਇੱਕ ਐਨਰਜੀ ਦਿੰਦੀ ਹੈ। ਸੋ ਤਾੜੀਆਂ ਲਈ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਅਗਲਾ ਗੀਤ ਤੁਹਾਡੀ ਸੇਵਾ ਪਿਛਕਲ ਕੇ ਵੀ ਪਰਿਵਾਰਕ ਗੀਤ ਹੈ। ਆਪਣੇ ਅਕਸਰ ਹੀ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਮੀਆਂ ਬੀਬੀ ਦੀ ਨੋਕ ਝੋਕ ਤੂੰ ਤੂੰ ਮੈਂ ਹੋ ਜਾਂਦੀ ਹੈ। ਇਹ ਗੀਤ ਤੁਸੀਂ ਆਪਣੇ ਟੀਵੀ ਚੈਨਲ 'ਤੇ ਬੜਾ ਸੁਣਿਆ ਔਰ ਦੇਖਿਆ। ਲਾਉਣੇ ਆਉਂਦੇ ਆ ਪਰੌਂਠੇ ਤਿੰਨ ਖੁੰਜੇ ਜੱਟ ਨੂੰ। ਉਹ ਮੀਆਂ ਬੀਬੀ ਦੀ ਲੜਾਈ ਪੇਸ਼ ਕਰਨ ਲੱਗਿਆ ਤੁਹਾਡੀ ਸੇਵਾ ਸੁਣੇ ਰਹੋ। ਪੇਕਿਆਂ ਨੂੰ ਚੱਲੀ ਹੈ, ਘਰ ਵਾਲੇ ਨੂੰ ਦਬਕਾ ਮਾਰਦੀ ਹੈ, ਕਹਿੰਦੀ ਤੂੰ ਹਮੇਸ਼ਾ ਆਪਣੀ ਮਾਂ ਦਾ ਪੱਖ ਪੂਰਦਾ, ਮੇਰਾ ਪੱਖ ਨਹੀਂ ਪੂਰਦਾ। ਮੈਂ ਚੱਲੀ ਹੁਣ ਪੇਕਿਆਂ ਨੂੰ, ਨਿੱਕੇ ਨਿਆਣੇ ਹੁਣ ਤੂੰ ਆਪ ਸੰਭਾਲੀ, ਅੱਗੋਂ ਕਰਬਲਾ ਬੜਾ ਗੁੱਸੇ ਖੋਰ ਹੈ, ਅੜੀਅਲ ਖੋਰ ਹੈ, ਕਹਿੰਦਾ ਤੂੰ ਜਾਨੀ ਤਾਂ ਜਾ ਜੱਟ ਨੂੰ ਵਿੰਗੇ ਢਿੱਡੇ ਲਾਉਣੇ ਆਉਂਦੇ ਆ। ਤੁਸੀਂ ਆਪ ਸਿਆਣੇ, ਜਦੋਂ ਘਰ ਵਾਲੀ ਅਤੇ ਘਰ ਵਾਲੇ ਦੀ ਲੜਾਈ ਹੋ ਜਾਵੇ ਫਿਰ ਲੜਕੇ ਤਾਂ ਵਿੰਗੀਆਂ ਢਿੱਡੀਆਂ ਪੱਕਦੀਆਂ, ਸਿੱਧੀਆਂ ਤਾਂ ਪੱਕਦੀਆਂ ਨਹੀਂ। ਇਹ ਖਾਸ ਕਰਕੇ ਮੇਰੀਆਂ ਭੈਣਾਂ ਇੱਥੇ ਬੈਠੀਆਂ, ਉਹਨਾਂ ਦੇ ਸੁਣਨ ਵਾਲਾ ਗੀਤ ਇੱਕ ਪਰਿਵਾਰ ਦੀ ਲੜਾਈ ਹੈ, ਦੋਨੇ ਮੀਆਂ ਬੀਬੀ ਦੀ ਲੜਾਈ ਹੈ। ਪਿਛਕੇ ਲੱਗੇ ਆ ਘਰ ਵਾਲੀ ਨੂੰ ਕੀ ਜਵਾਬ ਦਿੰਦੀ ਹੈ, ਘਰ ਵਾਲਾ ਕੋ ਕੀ ਆਖਦਾ ਸੁਣੇ ਇਹਦਾ ਗੌਰ ਨਾਲ। ਹੈ ਬੇਬੇ ਦੀਆਂ ਪੱਕੀਆਂ ਤੰਦੂਰੀ ਰੋਟੀਆਂ, ਕਹਿੰਦੀ ਖਾਈ ਬੇਬੇ ਦੀਆਂ ਪੱਕੀਆਂ ਤੰਦੂਰੀ ਰੋਟੀਆਂ। ਉਹ ਵੀ ਅੱਗੋਂ ਅੱਕਿਆ ਪਤਾ ਕੀ ਜਵਾਬ ਦਿੰਦਾ ਸੁਣੇ ਰਹਿ ਗੌਰ। ਤੂੰ ਕਲੇ ਛਪਾ ਕੇ ਨਿੱਤ ਮੇਰਾ ਦੁਖੀ ਕੀਤਾ ਚਿੱਤ, ਤੂੰ ਕਲੇ ਛਪਾ ਕੇ ਨਿੱਤ ਮੇਰਾ ਦੁਖੀ ਕੀਤਾ ਚਿੱਤ, ਹੁਣ ਚੜ ਜਾ ਤੂੰ ਲਾਰੇ ਜਾਂਦੀ ਪਿੰਡ ਚੱਟ ਨੂੰ ਨੀ ਲਾਉਣੇ ਆਉਂਦੇ ਹੈ, ਆਉਂਦੇ ਆ ਪਰੌਂਠੇ ਤਿੰਨ ਖੁੰਜੇ ਜੱਟ ਨੂੰ ਨੀ ਲਾਉਣੇ ਆਉਂਦੇ ਹੈ, ਆਉਂਦੇ ਆਉਂਦੇ ਆ ਪਰੌਂਠੇ ਤਿੰਨ ਖੁੰਜੇ ਜੱਟ ਨੂੰ ਨੀ ਲਾਉਣੇ ਆਉਂਦੇ।
ਕਲੇਸ਼ ਪਾ ਕੇ ਨਿੱਤ ਮੇਰਾ ਦੁਖੀ ਕੀਤਾ ਚਿੱਤ, ਤੂੰ ਕਲੇਸ਼ ਪਾ ਕੇ ਨਿੱਤ ਮੇਰਾ ਦੁਖੀ ਕੀਤਾ ਚਿੱਤ, ਹੁਣ ਚੜ ਜਾ ਤੂੰ ਲਾਰੀ ਜਾਂਦੀ ਬਿੰਦ ਚੱਟ ਨੂੰ ਨੀ ਲਾਉਣੇ ਆਉਂਦੇ ਐ, ਲਾਉਣੇ ਆਉਂਦੇ ਐ ਪਰੋਂ ਕੇ ਪਿੰਡ ਖੁੰਜੇ ਚੱਟ ਨੂੰ ਨੀ ਲਾਉਣੇ ਆਉਂਦੇ ਐ, ਲਾਉਣੇ ਆਉਂਦੇ ਐ ਪਰੋਂ ਕੇ ਪਿੰਡ ਖੁੰਜੇ ਚੱਟ ਨੂੰ ਨੀ ਲਾਉਣੇ ਆਉਂਦੇ ਐ। ਗਰੀਬੀ ਵਿੱਚ ਰਹਿ ਕੇ ਅਸੀਂ ਪਾਲੀ, ਬੇਬੇ ਨੇ ਗਰੀਬੀ ਵਿੱਚ ਰਹਿ ਕੇ ਅਸੀਂ ਪਾਲੀ, ਬੇਬੇ ਨੇ ਗਰੀਬੀ ਵਿੱਚ ਰਹਿ ਕੇ ਅਸੀਂ ਪਾਲੀ, ਕਿੱਥੋਂ ਕਰੇ ਪੂਰੇ ਉਹ ਖਰਚ ਤੇਰੇ ਵਾਲੇ, ਕਿੱਥੋਂ ਕਰੇ ਪੂਰੇ ਉਹ ਖਰਚ ਤੇਰੇ ਵਾਲੇ, ਕੱਲ ਤੇ ਗਲੇ ਕੁਦਾਣੇ ਲੈ ਜਾਂਦੀ ਹੱਟ ਨੂੰ ਨੀ ਲਾਉਣੇ ਆਉਂਦੇ ਆ, ਆਉਂਦੇ ਆ ਪਰੋਂ ਤੇ ਤੇਨੇ ਖੁੰਦੇ ਜੱਟ ਨੂੰ ਨੀ ਲਾਉਣੇ ਆਉਂਦੇ ਆ, ਲਾਉਣੇ ਆਉਂਦੇ ਆ ਪਰੋਂ ਤੇ ਖੁੰਦੇ ਜੱਟ ਨੂੰ ਨੀ ਲਾਉਣੇ ਆਉਂਦੇ ਆ। ਫੁੱਲਾਂ ਚੋਂ ਮਟਾ ਦੇ ਮੱਥੇ ਪਾਏ ਵੱਟ ਨੂੰ ਨੀ ਲਾਉਣੇ ਆਉਂਦੇ ਆ, ਆਉਂਦੇ ਆ ਕਰੋਂ ਕੇ ਤੈਨੂੰ ਖੁੰਦੇ ਜੱਟ ਨੂੰ ਨੀ ਲਾਉਣੇ ਆਉਂਦੇ ਆ, ਲਾਉਣੇ ਆਉਂਦੇ ਆ ਕਰੋਂ ਕੇ ਤੈਨੂੰ ਖੁੰਦੇ ਜੱਟ ਨੂੰ ਨੀ। ਲਾਉਣੇ ਆਉਂਦੇ ਆ ਕਰੋਂ ਕੇ ਤੈਨੂੰ ਖੁੰਦੇ ਜੱਟ ਨੂੰ ਨੀ ਲਾਉਣੇ ਆਉਂਦੇ। ਸੋ ਤਾੜੀਆਂ ਲਈ ਫਿਰ ਬਹੁਤ ਬਹੁਤ ਧੰਨਵਾਦ, ਭੁੱਲ ਜਾਂਦੇ ਹੋ। ਸੋ ਅਗਲਾ ਗੀਤ ਤੁਹਾਡੀ ਸੇਵਾ ਪੇਸ਼ ਕਰਨ ਲੱਗੀ ਸਾਡਾ ਆਪਣਾ ਰਿਕਾਰਡ ਗੀਤ, ਇੱਕ ਗੱਭਰੂ ਤੇ ਮੁਟਿਆਰ ਦੀ ਕਹਾਣੀ ਹੈ। ਦੁੱਸੇ ਕਦੋਂ ਹੋ ਗਈ ਮੇਰੀ ਖੰਡ ਮਿਸ਼ਰੀ, ਉਸ ਤੋਂ ਬਾਅਦ ਇੱਕ ਫਰਮਾਇਸ਼ ਹੈ ਸਾਡੇ ਉਸਤਾਦ ਜੀ ਦਾ ਗਾਇਆ ਗੀਤ ਹੈ, ਡੰਡੀਆਂ ਦਾ ਪੀ ਕੇ ਸੁਲਫਾ ਤੇਰਾ ਵੈਲੀਆਂ ਦੇ ਨਾਲ ਮਿਲਾ ਜਾ, ਉਹ ਪੇਸ਼ ਕਰਾਂਗੇ।
ਸੌ ਦੇ ਨੋਟ ਦੀ ਫਰਮਾਇਸ਼ ਹੋ ਪੂਰੀ ਬਹੁਤ ਸਾਰਾ ਮਾਨ ਸਾਡੇ ਮੇਲਾ ਕਮੇਟੀ ਦੇ ਜਿੰਨੇ ਵੀ ਮੈਂਬਰ ਸਾਹਿਬ ਹਨ ਉਹਨਾਂ ਦੇ ਸਾਰਿਆਂ ਦੇ ਵੱਲੋਂ ਬਹੁਤ ਸਾਰਾ ਮਾਨ ਪਿਆਰ ਸਤਿਕਾਰ ਮਿਲਿਆ, ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜ਼ੋਰਦਾਰ ਤਾੜੀ ਮਾਰ ਦਿਓ ਬਾਬਾ ਜੀ ਦੇ ਨਾਂ ਉੱਤੇ, ਮੇਲਾ ਕਮੇਟੀ ਦਾ ਫਿਰ ਧੰਨਵਾਦ। ਬਹੁਤ ਸਾਰਾ ਮਾਨ ਲਓ, ਗੁੱਸੇ ਕਾਹਤੋਂ ਹੋ ਗਈ ਮੇਰੀ, ਖੰਡ ਮਿਸ਼ਰੀ ਪੇਸ਼ ਕਰਨ ਲੱਗੇ ਹਾਂ। ਕਾਕਾ